ਅੱਜ ਨਿਊ ਈਅਰ ਦੀ ਪਾਰਟੀ ਤਾਂ ਆਪਾਂ ਲਗਲਾ ਲੁਕੜਾ ਸੈੱਟ ਕਰਕੇ ਤਾਂ ਆਪਾਂ ਅਰੇਂਜਮੈਂਟ ਸ਼ੁਰੂ ਕਰ ਲਿਆ। ਫਿਰ ਗੌਰਵ ਸਰ ਨੇ ਪੁੱਛਿਆ ਕਿੱਥੇ ਜਾਊਂਗੇ, ਤਾਂ ਅਸੀਂ ਪੁੱਛਿਆ, ਤਾਂ ਰਾਜਾ ਕਹਿੰਦਾ ਆਪਾਂ ਆਂਗਣ ਜਾਊਂਗੇ। ਚਲੋ ਫਿਰ ਆਪਾਂ ਆਂਗਣ ਗਏ ਤਾਂ ਉੱਥੇ ਦੇਖਿਆ ਲੋਕੇਸ਼ਨ ਟਰੈਕ ਕਰਕੇ, ਫਿਰ ਆਪਾਂ ਆਂਗਣ ਪਹੁੰਚੇ। ਫਿਰ ਗੌਰਵ ਸਰ ਨੇ ਸੀਟ ਖੋਲ੍ਹੀ ਤਾਂ ਖੋਲ੍ਹਦੇ ਹੀ ਬਸ ਅਸੀਂ ਬਾਹਰ ਨਿਕਲੇ ਤਾਂ ਸਾਡੇ ਸਾਹਮਣੇ ਵੱਡਾ ਮੂੰਹ। ਫਿਰ ਅਸੀਂ ਉੱਥੇ ਅੰਦਰ ਪਹੁੰਚੇ ਤਾਂ ਪਹੁੰਚ ਗਏ, ਕਹਿੰਦੇ ਆਹ ਕਿੱਦਾਂ ਦੀ ਜਗ੍ਹਾ, ਆਹ ਕਿੱਦਾਂ ਦੀ ਜਗ੍ਹਾ। ਫਿਰ ਅਸੀਂ ਅੰਦਰ ਗਏ ਤਾਂ ਲੋਕੇਸ਼ਨ ਬੜੀ ਖਤਰਨਾਕ, ਤਾਂ ਸਾਨੂੰ ਆਈ ਪਸੰਦ। ਅਸੀਂ ਕਿਹਾ ਇੰਜੋਇਮੈਂਟ ਕਰਾਂਗੇ ਆਪਾਂ। ਫਿਰ ਆਪਾਂ ਅੱਗੇ ਗਏ ਤਾਂ ਦੇਖਿਆ ਬਹੁਤ ਲੋਕੇਸ਼ਨ ਐਂਡ ਸੀ। ਫਿਰ ਅਸੀਂ ਗਏ, ਫਿਰ ਲੱਭੀ ਆਪਾਂ ਬੈਠਣ ਦੀ ਜਗ੍ਹਾ। ਫਿਰ ਚਾਵਲਾ ਜੀ ਕਹਿੰਦੇ ਮੈਨੂੰ ਤਾਂ ਠੰਡ ਬਹੁਤ ਲੱਗਦੀ ਹੈ, ਮੈਂ ਤਾਂ ਅੱਗ ਸੇਕੂ। ਤਾਂ ਰੱਜਣ ਨੂੰ ਫੋਨ ਆ ਗਿਆ, ਕਹਿੰਦਾ ਮੈਂ ਤਾਂ ਅੱਜ ਕੱਟੂ ਹੀ ਕੱਟੂ। ਫਿਰ ਆਪਾਂ ਅੱਗੇ ਗਏ ਤਾਂ ਚਾਵਲਾ ਜੀ ਕਹਿੰਦੇ ਮੈਂ ਉੱਥੇ ਬਣਾ। ਗੌਰਵ ਜੀ ਨੇ ਮੈਨਿਊ ਚੱਕਿਆ ਤਾਂ ਚੱਕ ਕੇ ਕਹਿੰਦੇ ਅਸੀਂ ਪਹਿਲਾਂ ਚਾਵਾਂ ਪੀਵਾਂਗੇ, ਅਸੀਂ ਚਾਹ ਦਾ ਔਡਰ ਦੇ ਦਿੱਤਾ। ਤਾਂ ਉਹ ਕੁੜੀਆਂ ਕਹਿੰਦੀਆਂ ਅਸੀਂ ਬਾਹਰ ਜਾ ਕੇ ਫੋਟੋਆਂ ਖਿਚਾਉਣੀਆਂ, ਆਹ ਤੂੰ ਮੇਰੀ ਲਾਚਕ, ਮੈਂ ਤੇਰੀ ਲਾਚਕ ਨਹੀਂ, ਤਾਂ ਮੈਂ ਕਹਿੰਦੀ ਫੋਟੋ ਖਿਚਾਉਣੀ। ਫਿਰ ਚਾਵਲਾ ਜੀ ਨੂੰ ਲੱਭ ਗਿਆ ਇੱਕ ਹੀਟਰ, ਉਹ ਕਹਿੰਦੇ ਅਸੀਂ ਹੀਟਰ ਥੱਲੇ ਹੀ ਬੈਠਾਂਗੇ। ਫਿਰ ਆਪਾਂ ਕਹਿੰਦੇ ਆਪਾਂ ਇੰਜੋਏ ਕਰਾਂਗੇ ਸਾਰੇ ਬਹਿ ਕੇ, ਆ ਜਾਓ ਸਾਰੇ ਆ ਜਾਓ। ਫਿਰ ਆਪਾਂ ਚਾਵਾਂ ਪੀਤੀਆਂ, ਚਾਵਾਂ ਪੀ ਕੇ ਇੰਜੋਏ ਕੀਤਾ, ਨਿੱਘੇ ਹੋ ਗਏ ਸੀਗੇ, ਆਪਾਂ ਇੱਕ ਜਗ੍ਹਾ ਬੈਠੇ ਰਹੇ। ਫਿਰ ਅਸੀਂ ਆ ਗਏ ਵਾਪਸ, ਅਸੀਂ ਕਿਹਾ ਚਲੋ ਅਸੀਂ ਵਾਪਸ ਚੱਲਦੇ ਹਾਂ, ਫਿਰ ਸ਼ਾਮ ਨੂੰ ਜਾ ਕੇ ਆਪਾਂ ਆਪਣੇ ਆਫਿਸ ਦੇ ਉੱਤੇ ਹੀ ਮਨਾਵਾਂਗੇ ਨਿਊ ਈਅਰ ਦੀ ਪਾਰਟੀ। ਸਪਨੇ ਮੇ ਮਿਲਤੀ ਹੈ ਟੁਕੜੀ, ਮੇਰੇ ਸਪਨੇ ਮੇ ਮਿਲਤੀ ਹੈ।